जिहड़ा कैप्टन कहना मैं लोगों का हमायती हाँ यदा बनता सी अज जे लोगों का हमायती सी अज छुट्टी करता सारे मुलाजमान भी तुसी रोस दे विच जाओ पर यह जिहड़ियां सरकारां ने यह भरावो यह लोगों दी नहीं हैगियां यह जोकां दीआं ने गुरुआं दीआं दसियां होईआं राहां दे उत्ते चलण दी कोशिश करदे आंगे सिरां दीआं बाजियां ला देंगे सिरां दीआं बाजियां आ मोदियां मूदी दा थौणे नहीं इत्थे पाले किधर नूं तौर ते बड़े आए ने इत्थे हुकूमतां पहला ही बहुत तोरिया ने इनू भी तोड़ देंगे सरकार जिहड़ा मोदी कहिंदा सी मैं दिल्ली किसे दे विच दिल्ली दे विच किसे नूं नौं नहीं धरन दा उहदी हिक दी उत्ते तवी उड़ा के बैठियां ने साडियां मावां उहदी हिक ते चुल्हे बना के बैठेंगे असीं जिहड़ा कहिंदा सी मैं किसे नाल गल नहीं करदा आ कानून इन मिन रहणगे उह तरले कढ लिया तरले भी मैंने सौदा करवा लो जिन्नियां मर्जी सौदा करवा लो मैं उन्नी ही कर दूंगा पर तुसी मैनू मजबूर ना करो ये धरने रद्द करने वास्ते कानून किवें दा देश बदलना चाहुंदे ने किवें बदलाव लिआउणा चाहुंदे ने ओह इत्थे जिहड़ा पुराना जिवें पहला राजे महाराजे आ लोकां दे उत्ते जुल्म करदे सी जबर करदे सी ओहो जिहा भारत बनाउणा चाहुंदा इह मोदी इहदा ख्वाब हैगा पर आ पंजाब दे लोक उहदे ख्वाब नूं तोड़नगे ਉਹਦੀਆਂ ਧੱਜੀਆਂ ਉਡਾ ਦਾਂਗੇ ਧੱਜੀਆਂ ਉਹਦੇ ਕਾਨੂੰਨਾਂ ਦੀਆਂ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ 8 ਦਸੰਬਰ ਨੂੰ ਪੂਰਾ ਇੰਡੀਆ ਬੰਦ ਦਾ ਐਲਾਨ ਸੀ ਕਿਸਾਨਾਂ ਵੱਲੋਂ ਜੋ ਪੂਰੀ ਤਰ੍ਹਾਂ ਸਾਰਥਕ ਰਿਹਾ ਜਿਸ ਦੇ ਨਤੀਜੇ ਸਾਰਥਕ ਆ ਗਏ ਕਿਉਂਕਿ ਬਾਜ਼ਾਰਾਂ ਦੀਆਂ ਦੁਕਾਨਾਂ ਸਾਰੀਆਂ ਬੰਦ ਨੇ ਟੋਟਲ ਹੋਟਲ ਬੰਦ ਨੇ ਪੈਟਰੋਲ ਪੰਪ ਐਸੋਸੀਏਸ਼ਨ ਨੇ ਆਪਣੇ ਪੈਟਰੋਲ ਪੰਪ ਬੰਦ ਰੱਖੇ ਸੋ ਤੁਹਾਨੂੰ ਦੱਸ ਦਈਏ ਕਿ ਧਰਨੇ ਪ੍ਰਦਰਸ਼ਨ ਕਿਸਾਨ ਆਗੂਆਂ ਦੇ ਯੂਨੀਅਨਾਂ ਜਥੇਬੰਦੀਆਂ ਦੇ ਲਗਾਤਾਰ ਜਾਰੀ ਨੇ ਅਸੀਂ ਖੜ੍ਹੇ ਹਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਟੋਲ ਪਲਾਜ਼ਾ ਕਾਲਾ ਝਾੜ ਵਿਖੇ ਜੋ ਭਵਾਨੀਗੜ੍ਹ ਦੇ ਨਜ਼ਦੀਕ ਪੈਂਦਾ ਤੁਹਾਨੂੰ ਦੱਸ ਦਈਏ ਕਿ ਤਕਰੀਬਨ 2.5 ਮਹੀਨੇ ਹੋ ਚੁੱਕੇ ਹਨ ਇੱਥੇ ਅਣਮਿੱਥੇ ਸਮੇਂ ਲਈ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਸੋ ਅੱਜ ਲਗਾਤਾਰ ਧਰਨਾ ਜਾਰੀ ਆ ਰੋਡ ਜਾਮ ਆ ਪੂਰਾ ਰੋਡ ਜਾਮ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਧਰਨਾ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਨੇ ਆਗੂ ਪਹੁੰਚਦੇ ਨੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਧਰਨੇ ਦੀਆਂ ਪਿੱਛੇ ਸਟੇਜ ਲੱਗੀ ਹੋਈ ਆ ਸਟੇਜ 'ਤੇ ਵੱਡਾ ਇਕੱਠਾ ਸੋ ਵੱਡੀ ਗਿਣਤੀ ਵਿੱਚ ਆਗੂ ਪਹੁੰਚੇ ਹੋਏ ਨੇ ਅੱਜ ਜੋ ਵੀ ਬੰਦ ਦਾ ਸਮਰਥਨ ਬਹੁਤ ਹੀ ਸਾਰਥਕ ਰਿਹਾ ਪੂਰੇ ਕਿਸਾਨ ਆਗੂਆਂ ਦੇ ਨਾਲ ਨਾਲ ਵਪਾਰੀਆਂ ਨੇ ਦੁਕਾਨਦਾਰਾਂ ਨੇ ਪੈਟਰੋਲ ਪੰਪਾਂ ਮਾਲਕਾਂ ਨੇ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਕਿਸਾਨਾਂ ਦੇ ਇਸ ਬੰਦ ਦਾ ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ 'ਚ ਮੌਜੂਦ ਹਾਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਸਾਬਕਾ ਫੌਜੀ ਮੌਜੂਦ ਨੇ ਕਰਦਿਆਂ ਗੱਲਬਾਤ ਫੌਜੀ ਸਾਹਿਬ ਬੰਦ ਦਾ ਐਲਾਨ ਕੀਤਾ ਸੀ ਕਿ ਪੂਰਾ ਇੰਡੀਆ ਬੰਦ ਕਰਨਾ ਕਿਵੇਂ ਦਾ ਤੁਹਾਨੂੰ ਲੱਗਦਾ ਰਿਸਪੌਂਸ ਕਿਵੇਂ ਦਾ ਲੱਗਦਾ ਦੇਖੋ ਅੱਜ ਬਹੁਤ ਵੱਡਾ ਰਿਸਪੌਂਸ ਹੈ ਭਾਰਤ ਬੰਦ ਦਾ ਇਹ ਸੱਦੇ ਦੇ ਉੱਤੇ ਜਿਹੜੇ ਮੁਲਾਜ਼ਮ ਨੇ ਉਹ ਸਮੂਹਕ ਛੁੱਟੀ ਲੈ ਕੇ ਇਸ ਘੋਲ ਦੇ ਵਿੱਚ ਆ ਗਏ ਵੱਡਾ ਸਮਰਥਨ ਕਰਿਆ ਪਰ ਜਿਹੜੀ ਇੱਥੇ ਦੀ ਸਰਕਾਰ ਹੈ ਜਿਹੜਾ ਕੈਪਟਨ ਕਹਿੰਦਾ ਮੈਂ ਲੋਕਾਂ ਦਾ ਹਮਾਇਤੀ ਹਾਂ ਇਹਦਾ ਬਣਦਾ ਸੀ ਅੱਜ ਜੇ ਲੋਕਾਂ ਦਾ ਹਮਾਇਤੀ ਸੀ ਅੱਜ ਛੁੱਟੀ ਕਰਦਾ ਸਾਰੇ ਮੁਲਾਜ਼ਮਾਂ ਨੂੰ ਵੀ ਤੁਸੀਂ ਰੋਸ ਦੇ ਵਿੱਚ ਜਾਓ ਪਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਭਰਾਵੋ ਇਹ ਲੋਕਾਂ ਦੀਆਂ ਨਹੀਂ ਹੈਗੀਆਂ ਇਹ ਜੋਕਾਂ ਦੀਆਂ ਨੇ ਇਹ ਹਮੇਸ਼ਾ ਕਾਰਪੋਰੇਟ ਘਰਾਂ ਦੇ ਨਾਲ ਖੜ੍ਹਦੀਆਂ ਨੇ ਜੇ ਲੋਕ ਖੜ੍ਹਦੇ ਨੇ ਕੋਈ ਕਿਸੇ ਦੇ ਨਾਲ ਤਾਂ ਆਮ ਲੋਕ ਨੇ ਆ ਜਥੇਬੰਦੀਆਂ ਜਿਹੜੀਆਂ ਲੋਕਾਂ ਦੀ ਹਮਾਇਤ 'ਚ ਖੜ੍ਹਦੀਆਂ ਨੇਗੀਆਂ ਇਸ ਕਰਕੇ ਇੰਨਾ ਆ ਕਾਰਪੋਰੇਟ ਘਰਾਣਿਆਂ ਅਤੇ ਆਹ ਜਿਹੜਾ ਇੱਥੇ ਦਾ ਵੋਟ ਬਟੋਰੂ ਪਾਰਟੀ ਲੁੰਗਣ ਵਾਲਾ ਪਾਰਟੀ ਹੈ ਇਹਨਾਂ ਤੋਂ ਸਾਰਿਆਂ ਤੋਂ ਖਬਰਦਾਰ ਰਹਿਣ ਦੀ ਲੋੜ ਹੈ ਸਾਨੂੰ ਯਾਨੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਪਤਾ ਲੱਗਿਆ ਪੂਰਾ ਸਿੱਧਾ ਹੀ ਪਤਾ ਲੱਗ ਗਿਆ ਵੀ ਛੁੱਟੀ ਨਹੀਂ ਕਰੀ ਇਹਦਾ ਮਤਲਬ ਕਿਸਾਨ ਵਿਰੋਧੀ ਨੇ ਕਿਸਾਨ ਹਿਤੈਸ਼ੀ ਨਹੀਂ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਇਹ ਕੈਪਟਨ ਸਾਹਿਬ ਹੈਗਾ ਕਹਿੰਦਾ ਹੈਗਾ ਵੀ ਮੈਂ ਕਿਸਾਨ ਹਿਤੈਸ਼ੀ ਹਾਂ ਇਹ ਡਰਾਮੇਬਾਜ਼ੀਆਂ ਕਰਦੇ ਨੇ ਡਰਾਮੇਬਾਜ਼ੀਆਂ ਇਹ ਸਾਰੀਆਂ ਡਰਾਮੇਬਾਜ਼ੀਆਂ ਨੇ ਇਹ ਜਿਹੜੇ ਕਾਨੂੰਨ ਲਿਆਉਂਦੇ ਨੇ ਇਹ ਲਿਆਉਂਦੀ ਕਾਂਗਰਸ ਸਰਕਾਰ ਦੇ ਵੇਲੇ ਆਏ ਹੋਏ ਨੇ 1991 ਦੇ ਵਿੱਚ ਆਏ ਨੇ ਇਹ ਕਾਨੂੰਨ ਹੋਣ ਦੇ ਵਿੱਚ ਆਹ ਹੁਣ ਇਹਨਾਂ ਦੇਖਿਆ ਵੀ ਮੋਦੀ ਧੜੱਲੇਦਾਰ ਪ੍ਰਧਾਨ ਮੰਤਰੀ ਹੈ ਇਹ ਨਹੀਂ ਕਿਸੇ ਤੋਂ ਦੱਬਦਾ ਇਹ ਨਹੀਂ ਕਿਸੇ ਤੋਂ ਡਰਦਾ ਕਿਉਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੋੜਤੀ ਇਹਨੇ ਉਹ ਲੋਕਾਂ 'ਤੇ ਲਾਠੀ ਚਾਰਜ ਕਰਕੇ ਗੋਲੀਆਂ ਦੇ ਨਾਲ
ਉਹਨਾਂ ਦੀ ਜ਼ੁਬਾਨ ਬੰਦ ਕਰਤੀ, ਉਦੋਂ ਬਾਅਦ 'ਚ ਨੋਟਬੰਦੀ ਕੀਤੀ। ਉਦੋਂ ਪਹਿਲਾਂ ਸਾਡਾ ਪੰਜਾਬ ਦੀ ਧਰਤੀ ਹੈਗੀ, ਇਹ ਸਾਡੇ ਗੁਰੂ ਪੀਰ ਸਾਨੂੰ ਦੱਸ ਕੇ ਗਏ ਨੇ ਵੀ ਗੁਲਾਮੀ ਸਹਿਣੀ ਨਹੀਂ ਹੈਗੀ। ਜੇ ਕਿਸੇ 'ਤੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਦੋਂ ਵੱਡਾ ਪਾਪ ਹੈ। ਅਸੀਂ ਆਪਣੇ ਉਹਨਾਂ ਗੁਰੂਆਂ ਦੀਆਂ ਦੱਸੀਆਂ ਹੋਈਆਂ ਰਾਹਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰ ਦਿਆਂਗੇ, ਸਿਰਾਂ ਦੀਆਂ ਬਾਜ਼ੀਆਂ ਲਾ ਦਾਂਗੇ ਸਿਰਾਂ ਦੀਆਂ ਬਾਜ਼ੀਆਂ। ਆਹ ਮੋਦੀ ਦਾ ਹੱਥ ਹੋਣੇ ਨਹੀਂ ਇੱਥੇ ਭਾਲੇ ਕਿੱਧਰ ਨੂੰ ਤੋਰ 'ਤੇ ਬੜੇ ਆਏ ਨੇ ਇੱਥੇ, ਹਕੂਮਤਾਂ ਪਹਿਲਾਂ ਹੀ ਬਹੁਤ ਤੋਰੀਆਂ ਨੇ, ਇਹਨੂੰ ਵੀ ਤੋਰ ਦਾਂਗੇ। ਹਰਜੀਤ ਜੀ, ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ, ਪਿਛਲੇ ਸਵਾ 2 ਮਹੀਨੇ ਤੋਂ ਇੱਥੇ ਪੂਰਾ ਪ੍ਰਦਰਸ਼ਨ ਚੱਲ ਰਿਹਾ ਜਿੱਥੇ ਆਪਾਂ ਖੜ੍ਹੇ ਹਾਂ, ਸੋ ਅੱਜ ਪੂਰਾ ਇੰਡੀਆ ਬੰਦ ਹੋਇਆ, ਕੀ ਲੱਗਦਾ ਤੁਹਾਨੂੰ ਸਰਕਾਰ ਹਿੱਲੀ ਆ? ਸਰਕਾਰ ਜਿਹੜਾ ਮੋਦੀ ਕਹਿੰਦਾ ਸੀ ਮੈਂ ਦਿੱਲੀ ਦੇ ਵਿੱਚ ਕਿਸੇ ਨੂੰ ਨਹੁੰ ਨਹੀਂ ਧਰਨ ਦਾ, ਉਹਦੀ ਹਿੱਕ ਦੀ ਉੱਤੇ ਤਵੀ ਡਾ ਕੇ ਬੈਠੀਆਂ ਨੇ ਸਾਡੀਆਂ ਮਾਵਾਂ, ਉਹਦੀ ਹਿੱਕ 'ਤੇ ਚੁੱਲ੍ਹੇ ਬਣਾ ਕੇ ਬੈਠੇਗੇ ਅਸੀਂ। ਅੱਜ ਕੱਲ੍ਹ ਮੈਂ ਉੱਥੋਂ ਧਰਨੇ ਦੇ ਵਿੱਚੋਂ ਆਇਆਂਗਾ ਅਤੇ ਇੱਕ ਦਿਨ ਭਾਰਤ ਬੰਦ ਵਾਸਤੇ ਇੱਥੇ ਪ੍ਰੋਗਰਾਮ ਕਰਨਾ ਸੀ, ਵੱਡਾ ਪ੍ਰੋਗਰਾਮ ਸੀਗਾ, ਬਹੁਤ ਸਫਲ ਤਰੀਕੇ ਨਾਲ ਕਰ ਰਿਹਾਂਗੇ। ਉਸ ਮੋਦੀ ਨੂੰ ਜਿਹੜਾ ਕਹਿੰਦਾ ਸੀ ਮੈਂ ਕਿਸੇ ਨਾਲ ਗੱਲ ਨਹੀਂ ਕਰਦਾ, ਆਹ ਕਾਨੂੰਨ ਇੰਨ ਬਿੰਨ ਰਹਿਣਗੇ, ਉਹ ਤਰਲੇ ਕੱਢ ਲਿਆ ਤਰਲੇ ਵੀ ਮੇਰੇ ਨਾਲ ਸੌਦਾ ਕਰਵਾ ਲਓ, ਜਿੰਨੀਆਂ ਮਰਜ਼ੀ ਸੌਦਾ ਕਰਵਾ ਲਓ ਮੈਂ ਉਨੀ ਹੀ ਕਰ ਦੂੰਗਾ, ਪਰ ਤੁਸੀਂ ਮੈਨੂੰ ਮਜਬੂਰ ਨਾ ਕਰੋ ਇਹ ਧਰਨੇ ਰੱਦ ਕਰਨ ਵਾਸਤੇ ਕਾਨੂੰਨ। ਪਰ ਸਾਡੀਆਂ ਜਥੇਬੰਦੀਆਂ ਨੇ ਇੱਕੋ ਗੱਲ ਜੈਸ ਅਤੇ ਨੋ ਦੀ ਕਹਿਤੀ, ਹਾਂ ਅਤੇ ਨਾ ਕਹਿਤਾ, ਵੀ ਜਾਂ ਤਾਂ ਹਾਂ ਕਰੋ ਜਾਂ ਨਾ ਕਰੋ, ਫਿਰ ਅਸੀਂ ਇਹ ਲੜਾਈ ਸਾਡੀ ਰੁਕਣੀ ਨਹੀਂ। ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਇਹ ਉਨਾ ਚਿਰ ਲੜਾਈ ਰੁਕਣ ਵਾਲੀ ਨਹੀਂ ਹੈਗੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਜੀਤ ਜੀ ਹਜੇ ਵੀ ਕਹਿ ਰਹੇ ਨੇ ਕਿ ਜੇ ਦੇਸ਼ ਬਦਲਣਾ ਤਾਂ ਨਵੇਂ ਕਾਨੂੰਨ ਲਾਗੂ ਕਰਨੇ ਹੋਣਗੇ। ਕਿਵੇਂ ਦਾ ਦੇਸ਼ ਬਦਲਣਾ ਚਾਹੁੰਦੇ ਨੇ, ਕਿਵੇਂ ਬਦਲਾਅ ਲਿਆਉਣਾ ਚਾਹੁੰਦੇ ਨੇ ਉਹ? ਉਹ ਇੱਥੇ ਜਿਹੜਾ ਪੁਰਾਣਾ ਜਿਵੇਂ ਪਹਿਲਾਂ ਰਾਜੇ ਮਹਾਰਾਜੇ ਆਹ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਜ਼ਬਰ ਕਰਦੇ ਸੀ, ਉਹੋ ਜਿਹਾ ਭਾਰਤ ਬਣਾਉਣਾ ਚਾਹੁੰਦਾ ਇਹ ਮੋਦੀ, ਇਹਦਾ ਖਾਬ ਹੈਗਾ। ਪਰ ਆਹ ਪੰਜਾਬ ਦੇ ਲੋਕ ਉਹਦੇ ਖਾਬ ਨੂੰ ਤੋੜਨਗੇ, ਉਹਦੀਆਂ ਧੱਜੀਆਂ ਉਡਾ ਦਾਂਗੇ, ਧੱਜੀਆਂ ਉਹਦੇ ਕਾਨੂੰਨਾਂ ਦੀਆਂ, ਉਸੇ ਤੋਂ ਮਜਬੂਰ ਕਰ ਦਿਆਂਗੇ ਉਹਨੂੰ, ਉਸੇ ਤੋਂ ਇਹ ਕਾਨੂੰਨਾਂ ਦੇ ਉੱਤੇ ਲੀਕ ਮਾਰਨ ਵਾਸਤੇ। ਇਹੋ ਜਿਹਾ ਸਾਡੇ ਪੰਜਾਬ ਦੇ ਲੋਕਾਂ ਦਾ ਇੱਕ ਹੈ, ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈਗਾ ਵੀ ਐਡਾ ਵੱਡਾ ਇਕੱਠ, ਉਹ ਵੀ ਸ਼ਾਂਤੀਪੂਰਕ ਇਕੱਠ ਹੈ। ਹਾਲਾਂਕਿ ਇਹ ਸਰਕਾਰਾਂ ਬੜੀਆਂ ਕੋਝੀਆਂ ਚਾਲਾਂ ਚੱਲਦੀਆਂ ਨੇ, ਉੱਥੇ ਫ੍ਰੀ ਦੇ ਵਿੱਚ ਦਾਰੂ ਬਣਦੀਆਂ ਨੇ, ਉੱਥੇ ਵੇਸਵਾ ਲੜਕੀਆਂ ਨੂੰ ਭੇਜਦੇ ਨੇ, ਉਹ ਬਹੁਤ ਢੰਗ ਹੱਥ ਕੰਡੇ ਅਪਣਾਉਂਦੇ ਨੇ। ਪਰ ਜਿਹੜੀ ਸਾਡੀਆਂ ਜਥੇਬੰਦੀਆਂ ਨੇ ਇਹ ਪੂਰੀਆਂ ਇਸ ਗੱਲ ਦੇ ਉੱਤੇ ਲੱਗੀਆਂ ਹੋਈਆਂ ਨੇ, ਪੂਰੀ CID ਹੈ ਸਾਡੀ ਛੱਡੀ ਹੋਈ, ਪਲ ਪਲ ਦੀ ਖਬਰ ਰੱਖ ਦਿਆਂਗੇ ਅਸੀਂ ਉੱਥੇ ਇਸ ਗੱਲ ਦੇ ਉੱਤੇ। 5 ਮੀਟਿੰਗਾਂ ਹੋਈਆਂ, ਬੇਸਿੱਟਾਂ ਰਹੀਆਂ, ਹੁਣ 9 ਦਸੰਬਰ ਦੀ ਮੀਟਿੰਗ ਆ, ਕੀ ਕਹੋਗੇ, ਸਿੱਟਾ ਨਿਕਲੂ? ਹਜੇ ਵੀ ਕੋਈ ਉਮੀਦ ਨਹੀਂ ਕਰ ਸਕਦੇ ਅਸੀਂ ਸਿੱਟਾ ਨਿਕਲੂਗਾ, ਨਹੀਂ ਨਿਕਲਦਾ ਨਾ ਨਿਕਲੇ ਕੋਈ ਗੱਲ ਨਹੀਂ, ਅਸੀਂ ਨਹੀਂ ਮੁੜਦੇ ਹੈਗੇ ਉੱਥੇ। 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਗਿਆਂਗੇ ਅਸੀਂ, ਉਹ ਤਾਂ ਸਾਰਾ ਟਰਾਲੀਆਂ 'ਚ ਉਵੇਂ ਬੰਦ ਪਿਆ। ਹਰਿਆਣੇ ਦੇ ਲੋਕਾਂ ਨੇ ਜਿਹੜਾ ਉੱਥੇ ਮਤਲਬ ਦਿਖਾਇਆ ਹੈਗਾ ਸਾਨੂੰ ਭਾਈਚਾਰਾ, ਹਰਿਆਣੇ ਦੇ ਲੋਕ ਸਾਡੇ ਆ ਕੇ ਪੈਰੀਂ ਹੱਥ ਲਾ ਦਿੰਦੇ ਨੇ ਵੀ ਪ੍ਰਧਾਨ ਜੀ ਲੰਗਰ ਬੰਦ ਕਰ ਦਿਓ, ਤੁਸੀਂ ਨਹੀਂ ਲੰਗਰ ਚਲਾਉਣਾ, ਅਸੀਂ ਲੈ ਕੇ ਆਵਾਂਗੇ ਲੰਗਰ। ਤੁਸੀਂ ਯਕੀਨ ਨਹੀਂ ਮੰਨਣਾ, 2500-2500 ਲੀਟਰ ਦੇ ਟੈਂਕਰ ਭਰ ਕੇ ਇੱਕ ਇੱਕ ਪਿੰਡ ਦੇ ਵਿੱਚੋਂ ਦੁੱਧ ਆ ਰਹੇ ਨੇ। ਉੱਥੇ ਕੋਈ ਤਗਾਦ ਨਹੀਂ ਲੰਗਰਾਂ ਦੀ, ਕੋਈ ਚੱਪਲਾਂ ਦਾ ਲੰਗਰ ਲਾ ਰੱਖਿਆ ਕਿਸੇ ਨੇ ਸਾਬਣ ਤੇਲ ਸੈਂਪੂ ਦਾ ਇਹਦਾ ਲੰਗਰ ਲਾ ਰੱਖਿਆ ਹੈਗਾ, ਕੋਈ ਹਸਪਤਾਲਾਂ ਦੀਆਂ ਦਵਾਈਆਂ ਮੁਫਤ ਵੰਡੀ ਜਾਂਦਾ ਹੈਗਾ, ਕੋਈ ਫਰੂਟ ਲੈ ਕੇ ਆਈ ਜਾਂਦਾ ਹੈ, ਕੋਈ ਬਦਾਮ ਲੈ ਕੇ ਆਈ ਜਾਂਦਾ ਹੈਗਾ, ਕੋਈ ਤਗਾਦ ਨਹੀਂ ਹਰਿਆਣੇ ਦੇ ਲੋਕਾਂ ਨੇ, ਪੰਜਾਬ ਦੇ ਉੱਤੋਂ ਦੀ ਗੱਲ ਕਰਤੀ। ਯਾਨੀ ਕਿ ਹੁਣ ਪੂਰੇ ਦੇ ਪੂਰੇ 3 ਖੇਤੀ ਕਾਨੂੰਨ ਬਣੇ ਨੇ ਜੋ ਪੂਰੇ ਰੱਦ ਕਰਵਾਉਣੇ ਨੇ, ਕੋਈ ਸੋਧ ਨਹੀਂ ਚਾਹੁੰਦੇ ਤੁਸੀਂ? ਬਿਲਕੁਲ ਕੋਈ ਸੋਧ ਨਹੀਂ ਚਾਹੁੰਦੀ, 3 ਕਾਨੂੰਨ ਰੱਦ ਕਰਵਾਉਣੇ ਨੇ। ਚੌਥਾ ਜਿਹੜਾ ਇਹਨਾਂ ਨੇ ਆਹ ਪਰਾਲੀ ਦਾ 1 ਕਰੋੜ ਰੁਪਈਆ ਅਤੇ 5 ਸਾਲ ਦੀ ਕੈਦ ਰੱਖੀ ਹੈ, ਇਹ ਵੀ ਰੱਦ ਕਰਵਾਉਣੀ ਹੈਗੀ, ਅਤੇ ਜਿਹੜਾ ਬਿਜਲੀ ਐਕਟ 2020 ਲੈ ਕੇ ਆ ਰਹੇ ਨੇ ਉਹ ਵੀ ਰੱਦ ਕਰਵਾਉਣਾ ਹੈਗਾ। ਇਹ ਸਾਰੀਆਂ 5 ਗੱਲਾਂ ਉਹਦੇ ਵਿੱਚ ਰੱਖੀਆਂ ਹੋਈਆਂ ਨੇ ਸਾਡੀਆਂ। ਜਿੰਨਾ ਚਿਰ ਸਰਕਾਰ ਇਹ ਗੱਲ ਦੇ ਉੱਤੇ ਨਹੀਂ ਆਉਂਦੀ, ਉਨਾ ਚਿਰ ਸਾਡਾ ਧਰਨਾ ਉੱਥੇ ਐਵੇਂ ਜ਼ਰੂਰ ਚੱਲਦਾ ਰਹੂਗਾ। ਕਾਲਾ ਝਾੜ ਟੋਲ 'ਤੇ ਪੂਰਾ ਪ੍ਰਦਰਸ਼ਨ ਜਾਰੀ ਆ। ਇੱਕ ਹਰਜੀਤ ਜੀ ਮੌਤ ਹੋਈ ਆ ਕਿਸੇ ਔਰਤ ਦੀ, ਕਿੱਥੋਂ ਦੀ ਔਰਤ ਸੀ, ਮੌਤ ਹੋਈ ਅੱਜ ਧਰਨੇ 'ਚ? ਅੱਜ ਉਹ ਇੱਥੇ ਕਾਲੇ ਝਾੜ ਦੇ ਵਿੱਚ ਇੱਕ ਅਣਹੋਣੀ ਘਟਨਾ ਵਾਪਰੀ ਹੈਗੀ। ਇੱਕ ਮਾਤਾ ਗੁਰਮੇਲ ਕੌਰ ਪਿੰਡ ਘਰਾਚੋਂ ਚਾਂਦ ਪੱਤੀ ਦੇ ਉਹ ਲਗਾਤਾਰ 3 ਮਹੀਨੇ ਦੇ ਧਰਨੇ ਦੇ ਵਿੱਚ ਆ ਰਹੀ ਸੀ, ਅੱਜ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ। ਲਗਭਗ 12:30 ਤੋਂ 1 ਵਜੇ ਦਾ ਸਮਾਂ ਸੀਗਾ। ਉਦੋਂ ਬਾਅਦ 'ਚ ਅਸੀਂ ਉਹਨਾਂ ਨੂੰ ਪਟਿਆਲੇ ਭੇਜਿਆ ਰਜਿੰਦਰਾ ਹੋਸਪਿਟਲ ਦੇ ਵਿੱਚ, ਪਰ ਉੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਸਾਡੀ ਇੱਥੇ ਕਾਲਾ ਝਾੜ ਟੋਲ ਭਲਾਜੇ ਦੀ ਪਹਿਲੀ ਸ਼ਹੀਦ ਮਾਤਾ ਦਾ ਦਰਜਾ ਦਿੰਦੇ ਹਾਂ ਅਸੀਂ ਉਹਨੂੰ। ਸਰਕਾਰ ਤੋਂ ਮੰਗ ਕਰਦਿਆਂ ਉਹ ਪਰਿਵਾਰ ਦੇ ਵਾਸਤੇ 10 ਲੱਖ ਰੁਪਈਆ
ਪਰਿਵਾਰ ਨੂੰ ਇੱਕ ਨੌਕਰੀ ਔਰ ਪੂਰੇ ਕਰਜ਼ੇ ਦੇ ਉੱਤੇ ਲੀਕ। ਜਿੰਨਾ ਚਿਰ ਇਹ ਸਰਕਾਰ ਮੰਗ ਨੂੰ ਮੰਨਦੀ ਨਹੀਂ ਹੈਗੀ, ਉਨਾ ਚਿਰ ਅਸੀਂ ਮਾਤਾ ਦਾ ਨਾਂ ਪੋਸਟਮਾਸਟਰ ਕਰਵਾਈਏ ਅਤੇ ਨਾ ਸੰਸਕਾਰ ਕਰੀਏ, ਇਹ ਸਰਕਾਰ ਤੋਂ ਮੰਗ ਕਰਦੇ ਹਾਂ ਅਸੀਂ। ਸੋ ਤੁਹਾਨੂੰ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਟੋਲ ਪਲਾਜ਼ਾ ਕਾਲਾ ਝਾੜ 'ਤੇ ਧਰਨਾ ਪ੍ਰਦਰਸ਼ਨ ਜਾਰੀ ਆ। ਅੱਜ ਇੱਕ ਅਣਹੋਣੀ ਘਟਨਾ ਹੋਈ, ਇੱਕ ਮਾਤਾ ਦੀ ਮੌਤ ਹੋਈ। ਸੋ ਆਗੂਆਂ ਨੇ ਦੱਸਿਆ ਕਿ ਮਾਤਾ ਦੀ ਮੌਤ ਹੋ ਚੁੱਕੀ ਆ ਦਿਲ ਦਾ ਦੌਰਾ ਪੈਣ ਨਾਲ। ਸੋ ਪੋਸਟਮਾਰਟਮ ਹਜੇ ਨਹੀਂ ਹੋਇਆ। ਆਗੂ ਕਹਿ ਰਹੇ ਨੇ ਕਿ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਹਾਂ ਵੀ ਜੋ ਵੀ ਆ ਮੁਆਵਜ਼ਾ ਦਿੱਤਾ ਜਾਵੇ। ਸੋ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਨੇ, ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾਈਆਂ। ਸੋ ਆਗੂਆਂ ਨੇ ਕਿਹਾ ਕਿ ਤਿੰਨੇ ਖੇਤੀ ਆਰਡੀ ਨੇ ਸਾਂ ਦੇ ਨਾਲ ਇੱਕ ਜੋ ਵੱਡਾ ਜੁਰਮਾਨਾ ਕੀਤਾ ਕਿਸਾਨਾਂ ਦੇ, ਮਤਲਬ ਜੁਰਮਾਨੇ ਦਾ ਇੱਕ ਕਾਨੂੰਨ ਬਣਾਇਆ, ਉਹ ਵੀ ਅਸੀਂ ਰੱਦ ਕਰਵਾ ਕੇ ਹੀ ਹਟਾਂਗੇ। ਸੋ ਤੁਹਾਨੂੰ ਦੱਸ ਦਈਏ ਕਿਸਾਨ ਆਗੂਆਂ ਦਾ ਕਹਿਣਾ ਕਿ ਪੂਰਾ ਸਾਰਥਿਕ ਨਤੀਜਾ ਨਿਕਲਿਆ ਅੱਜ ਦੇ ਪੂਰੇ ਭਾਰਤ ਬੰਦ ਦਾ। ਪੂਰਾ ਭਾਰਤ ਬੰਦ ਨੂੰ ਪੂਰਾ ਵਧੀਆ ਤਰੀਕੇ ਨਾਲ ਸਾਰੀਆਂ ਜਥੇਬੰਦੀਆਂ ਵੱਲੋਂ ਪੂਰਾ ਸਾਰਥਿਕ ਹੁੰਗਾਰਾ ਮਿਲਿਆ। ਭਵਾਨੀਗੜ੍ਹ ਤੋਂ ਕਰਨ ਤੇਜੇ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।